ਮੇਰੇ ਪਤੀ ਲੱਗਦੇ ਨੇ, ਇਸ ਤੋਂ ਬਿਨਾਂ ਦੱਸੇ ਹੀ ਆ ਗਏ ਸੀਗੇ ਸਾਨੂੰ, ਕੰਮ ਤੋਂ ਗਏ ਸੀਗੇ ਤੇ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਦੱਸ ਦਈਏ ਕਿ ਰਾਜਵਿੰਦਰ ਸਿੰਘ ਵਜੋਂ ਇਸ ਦੀ ਪਹਿਚਾਣ ਹੋਈ ਹੈ, ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਅਤੇ ਨਸ਼ਿਆਂ ਦਾ ਆਦੀ ਦੱਸਿਆ ਜਾ ਰਿਹਾ। ਬੀਤੇ ਦਿਨਾਂ ਜਦੋਂ ਇਹ ਆਪਣੇ ਘਰ ਤੋਂ ਕੰਮ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਨਾਲੇ ਦੇ ਕੰਢੇ ਤੇ ਦੱਸਿਆ ਜਾ ਰਿਹਾ ਕਿ ਇਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਿਆ ਸੀ, ਪਰ ਜਿਵੇਂ ਇਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਤਾਂ ਉੱਥੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਇਹ ਨਸ਼ੇ ਦਾ ਆਦੀ ਸੀ ਅਤੇ ਕੰਮ ਤੇ ਜਾਂਦੇ ਸਮੇਂ ਇਸ ਦੇ ਵੱਲੋਂ ਜੋ ਨਸ਼ਾ ਲੈਣ ਲੱਗਿਆ ਤਾਂ ਉਸ ਸਮੇਂ ਇਸ ਦੀ ਅਚਾਨਕ ਹੀ ਮੌਤ ਹੋ ਗਈ, ਤਾਂ ਨਸ਼ੇ ਦੀ ਓਵਰਡੋਜ਼ ਦੇ ਕਾਰਨ ਦੱਸਿਆ ਜਾ ਰਿਹਾ ਕਿ ਇਸ ਦੀ ਮੌਤ ਹੋਈ ਹੈ। ਮ੍ਰਿਤਕ ਦੇ ਦੋ ਬੱਚੇ ਨੇ ਤੇ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਤਾਂ ਫਿਰੋਜ਼ਪੁਰ ਦੇ ਵਿੱਚ ਇੱਕ ਹੋਰ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਗੁਹਾਰ ਲਗਾਈ ਜਾ ਰਹੀ ਹੈ ਕਿ ਇਸ ਨਸ਼ਿਆਂ ਦੇ ਉੱਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਦੇ ਪੁੱਤ ਦੀ ਜਾਨ ਨਾ ਜਾ ਸਕੇ। ਉੱਥੇ ਲੋਕਾਂ ਦਾ ਕਹਿਣਾ ਕਿ ਪੁਲਿਸ ਦੇ ਵੱਲੋਂ ਉਂਝ ਤਾਂ ਮੁਹਿੰਮਾਂ ਬਹੁਤ ਚਲਾਈਆਂ ਗਈਆਂ ਨੇ, ਪਰ ਹਾਲੇ ਤੱਕ ਉਸਦਾ ਕੋਈ ਵੀ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ, ਜਿਸ ਦੇ ਕਾਰਨ ਆਏ ਦਿਨ ਨੌਜਵਾਨ ਨਸ਼ਿਆਂ ਦੇ ਕਾਰਨ ਦਮ ਤੋੜ ਰਹੇ ਨੇ। ਮੇਰੇ ਪਤੀ ਲੱਗਦੇ ਨੇ, ਇਸ ਤੋਂ ਬਿਨਾਂ ਦੱਸੇ ਹੀ ਆ ਗਏ ਸੀਗੇ ਸਾਨੂੰ, ਕੰਮ ਤੋਂ ਗਏ ਸੀਗੇ ਤੇ ਕੰਮ ਤੋਂ ਘਰੇ ਵਾਪਸ ਹੀ ਨੀ ਆਏ, ਉਸ ਤੋਂ ਬਾਅਦ ਤੇ ਇੱਥੇ ਆਣ ਕੇ ਰਹਿਣ ਲੱਗ ਪਏ ਸੀ। ਕੀ ਕਾਰਨ ਕੀ ਬਣੇ ਸੀਗੇ? ਕਾਰਨ ਕੁਛ ਨੀ, ਵੈਸੇ ਪਾਸਾ ਚਿੱਟਾ ਵਗੈਰਾ ਲਾਉਂਦੇ ਸੀ, ਇਹ ਲਾਇਆ ਇਸ ਕਰਕੇ ਇਹ ਕੰਮ ਬਣ ਗਿਆ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਭਤੀਜਾ ਜੀ ਮੇਰਾ, ਨਾਮ ਦਾ ਰਾਜਵਿੰਦਰ ਸਿੰਘ ਹੈ ਜੀ, ਦੋ ਉਹਦੇ ਬੱਚੇ ਆ ਜੀ। ਕਿੰਨੀ ਉਮਰ ਉਹਦੀ? ਉਮਰ ਜੀ 20 ਸਾਲ। ਕੀ ਕਾਰਨਾਂ ਨਾਲ ਮੌਤ ਹੋਈ? ਕਾਰਨ ਜੀ ਨਸ਼ਾ ਨੁਸ਼ਾ ਕਰਦੇ ਜੀ, ਓਵਰਡੋਸ ਹੋ ਗਈ ਤੇ ਨਸ਼ਾ ਵੱਧ ਘੱਟ ਲਾ ਲਿਆ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਮੰਗ ਇਹੋ ਜਿਹੀ ਅਸੀਂ ਤਾਂ ਚਾਹੁੰਦੇ ਵੀ ਚਲੋ ਸਾਡਾ ਤਾਂ ਗਿਆ ਜਿਹੜਾ ਗਿਆ, ਵੀ ਹੁਣ ਗਾਹ ਨਾ ਕਿਸੇ ਦਾ ਕੋਈ ਮਰੇ, ਵੀ ਨਸ਼ੇ ਤੇ ਰੋਕਦਾਮ ਲਾਵੇ ਪ੍ਰਸ਼ਾਸਨ। ਇਹੀ ਮੰਗ ਕਰਦੇ ਜੀ, ਕਿਸੇ ਦਾ ਹੋਰ ਧੀ ਪੁੱਤਰ ਨਾ ਮਰੇ ਨਸ਼ੇ ਦੀ ਕਾਰਨ। ਮੇਰਾ ਨਾਂ ਕੁਲਦੀਪ ਸਿੰਘ ਜੀ, ਪਿੰਡ ਬਸੋਹਾਂ ਵਾਲਾ ਜੀ। ਜੋ ਕਿ ਨਸ਼ਿਆਂ ਦੇ ਖਿਲਾਫ ਮੁਹਿੰਮ ਸਰਕਾਰ ਚਲਾ ਰਹੀ ਹੈ, ਉਹਦੇ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਹੀ ਜ਼ਿਆਦਾ ਵੱਧ ਰਿਹਾ ਹੈ ਅਤੇ ਨੌਜਵਾਨ ਖਤਮ ਹੋ ਰਹੇ ਨੇ ਜੀ। ਕਿਉਂਕਿ ਸਰਕਾਰ ਨੂੰ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਵਾਰ ਵਾਰ ਨੌਜਵਾਨ ਖਤਮ ਹੋਈ ਜਾਂਦੇ ਨੇ ਅਤੇ ਨਸ਼ਾ ਵਧੀ ਜਾਂਦਾ, ਅਤੇ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਇੱਥੇ ਰੋਕ ਲਵਾਈ ਜਾਏ। ਕਹਿੰਦੇ ਮੌਤ ਹੋਈ, ਕਿਸ ਕਾਰਨ ਨਾਲ ਮੌਤ ਹੋਈ? ਇਹ ਜੀ ਓਵਰਡੋਜ਼ ਹੋਣ ਕਾਰਨ ਹੋਈ ਹੈ ਜੀ। ਕੀ ਨਾਂ ਸੀਗਾ ਮੁੰਡੇ ਦਾ ਜਿਹਦੀ ਓਵਰਡੋਜ਼? ਰਾਜਵਿੰਦਰ ਸਿੰਘ ਜੀ, ਭਤੀਜਾ ਜੀ ਸਾਡਾ। ਕੀ ਸਮਝਦੇ ਇਸ ਚੀਜ਼ ਨੂੰ ਸਰਕਾਰਾਂ? ਸਰਕਾਰਾਂ ਧਿਆਨ ਹੀ ਨਹੀਂ ਦੇ ਰਹੀਆਂ ਜੀ ਇਸ ਚੀਜ਼ 'ਤੇ, ਕਿਉਂਕਿ ਸਰਕਾਰਾਂ ਧਿਆਨ ਦੇਣ ਤਾਂ ਇਹ ਕੰਮ ਹੋਵੇ ਹੀ ਨਾ ਜੀ। ਸਰਕਾਰਾਂ ਨੂੰ ਵੋਟਾਂ ਵੀ ਇਸੇ ਕਰਕੇ ਜੀ, ਕਿਉਂਕਿ ਜਦੋਂ ਵੋਟ ਮੰਗਣ ਆਉਂਦੇ ਨੇ ਇਹੀ ਕਹਿ ਰਹੇ ਨੇ ਵੀ ਨਸ਼ਾ ਬੰਦ ਕਰਾਵਾਂਗੇ, ਨਸ਼ਾ ਬੰਦ ਕਰਾਵਾਂਗੇ, ਨਸ਼ਾ ਬੰਦ ਹੋ ਹੀ ਨਹੀਂ ਰਿਹਾ ਜੀ। ਪ੍ਰਸ਼ਾਸਨ ਤੋਂ ਕੀ ਮੰਗ? ਮੰਗ ਇਹੀ ਹੈ ਜੀ ਸਾਡੀ ਕਿ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਵੀ ਨਸ਼ੇ 'ਤੇ ਰੋਕ ਲਵਾਈ ਜਾਵੇ।